ਤੇ ਦੂਸਰਾ ਸਿਗਾ ਕਿ ਕਿਹੜੇ ਕੌਨ ਆਫੀਸਰਸ ਦੇ ਕੰਪਲੇਂਟ ਬਾਰੇ ਗੱਲ ਕਰ ਰਹੇ ਸੀ ਕੌਨ ਕੰਪਲੇਂਟ ਕਿੱਥੇ ਕਰ ਸਕਦੇ ਹੋ ਜੀ ਸੋ ਕੈਨੇਡਾ ਬਾਰਡਰ ਵਾਚ ਵੈਬਸਾਈਟ ਹੈ ਤੁਸੀਂ ਗੂਗਲ ਕਰ ਸਕਦੇ ਹੋ ਕੈਨੇਡਾ ਬਾਰਡਰ ਵਾਚ ਸੋ ਕੈਨੇਡਾ ਬਾਰਡਰ ਵਾਚ ਦੇ ਉੱਤੇ ਜਾ ਕੇ ਤੁਸੀਂ ਉੱਥੇ ਕੰਪਲੇਂਟ ਫਾਈਲ ਕਰ ਸਕਦੇ ਹੋ ਉੱਥੇ ਤੁਹਾਨੂੰ ਅੱਗੇ ਆਪਸ਼ਨਸ ਮਿਲ ਜਾਣਗੇ ਕੰਪਲੇਂਟ ਕੀ ਦੀ ਹੈਗੀ ਹੈ ਇਹ ਕੰਪਲੇਂਟ ਕੀ ਕਰ ਰਹੇ ਹੋ ਬ੍ਰੀਚ ਕੀ ਹੋਇਆ ਹੈਗਾ ਕੌਨ ਇੰਡੀਵਿਜੂਅਲ ਹੈ ਉੱਥੇ ਤੁਸੀਂ ਸਾਰੀ ਜਾਣਕਾਰੀ ਦੇ ਸਕਦੇ ਆ ਤੇ ਨਾਲ ਦੀ ਨਾਲ ਉਹਦੇ ਤੇ ਐਕਟ ਵੀ ਕੀਤਾ ਚਾਹੁੰਦਾ ਹੈਗਾ ਇਦੇ ਵਿੱਚ ਨਾਲ ਹੀ ਸੀ ਵੀ ਕਿਹੜੇ ਆਫੀਸਰਸ ਦੇ ਕੋਲੇ ਅਧਿਕਾਰ ਹੋਣਗੇ ਜੀ ਬਿਲਕੁਲ ਇਹ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਦੇ ਅਫਸਰ ਤੇ ਇਮੀਗ੍ਰੇਸ਼ਨ ਅਫਸਰ ਇਹਨਾਂ ਨੂੰ ਦੋਵਾਂ ਨੂੰ ਇਹ ਅਧਿਕਾਰ ਜਿਹੜੇ ਦਿੱਤੇ ਗਏ ਨੇ ਇੱਥੇ ਮੈਂ ਇਸ ਤੋਂ ਪਹਿਲਾਂ ਕਿ ਅਗਲੀ ਕਾਲ ਤੇ ਚਲਾਂ ਇਹ ਜਿਹੜੇ ਆਫੀਸਰਸ ਹੁੰਦੇ ਨੇ ਇਹ ਸਿਰਫ 에어ਪੋਰਟ ਦੇ ਉੱਤੇ ਤਾਇਨਾਤ ਹੁੰਦੇ ਨੇ ਸਿਰਫ ਆਪਣੇ ਆਫਿਸ 'ਚ ਹੀ ਤਾਇਨਾਤ ਹੁੰਦੇ ਨੇ ਕਿ ਜਾਂ ਇਨ ਫੀਲਡ ਵੀ ਆਪਣੇ ਵੱਲੋਂ ਵਰਕ ਕਰ ਰਹੇ ਹੁੰਦੇ ਨੇ ਆ ਸੋ ਕਈ ਜਿਹੜੇ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਦਾ ਅਫਸਰ ਆ ਡਿਊਲ ਰੋਲ ਵੀ ਨਭਾਰਿਆ ਹੁੰਦਾ ਹੈਗਾ ਹਾਂਜੀ ਸੋ ਉਹ ਇਮੀਗ੍ਰੇਸ਼ਨ ਅਫਸਰ ਦੇ ਤੌਰ ਤੇ ਵੀ ਉਹਦਾ ਰੋਲ ਕਈ ਵਰੀ ਨਿਭਾ ਰਿਹਾ ਹੁੰਦਾ ਹੈਗਾ ਓਕੇ ਕੈਨੇਡਾ ਬਾਰਡਰ ਸਰਵਿਸਿਜ਼ এজੰਸੀ ਕਲੀ ਇਮੀਗ੍ਰੇਸ਼ਨ ਨਾਲ ਹੀ ਡੀਲ ਕਰਦੀ ਉਹ ਬਾਕੀ ਵੀ ਜਿਹੜੇ ਹੈਲਥ ਐਕਟ ਹੈ ਆਰਮਜ਼ ਐਕਟ ਹੈ ਜਿੰਨੇ ਵੀ ਆਪਣੇ ਕਾਨੂੰਨ ਨੇ ਬਾਰਡਰ ਦੀ ਪ੍ਰੋਟੈਕਸ਼ਨ ਲਈ ਬਣੀ এজੰਸੀ ਹੈ ਸੋ ਉਹਨੇ ਹਰ ਕਾਨੂੰਨ ਲਾਗੂ ਕਰਨਾ ਉਹਨਾਂ ਚ ਇਮੀਗ੍ਰੇਸ਼ਨ ਕਾਨੂੰਨ ਵੀ ਹੈ ਜਿਹੜਾ ਇਮੀਗ੍ਰੇਸ਼ਨ ਅਫਸਰ ਹੈ ਉਹ ਤਾਂ ਇਮੀਗ੍ਰੇਸ਼ਨ ਦੇ ਆਫਿਸ 'ਚ ਹੈ ਨਾ ਆਫਕੋਰਸ ਉਹ ਤਾਂ ਕਿਤੇ ਬਾਹਰ ਹੈ ਨਹੀਂ ਪਰ ਜਿਹੜਾ ਕੈਨੇਡਾ ਬਾਰਡਰ ਸਰਵਿਸਿਜ਼ এজੰਸੀ ਦਾ ਅਫਸਰ ਹੈ ਉਹ ਪੋਰਟ ਆਫ ਐਂਟਰੀ ਤੇ ਵੀ ਹੈ ਬਾਕੀ ਉਹਨਾਂ ਦੀ ਇਨਫੋਰਸਮੈਂਟ ਲੈਂਡ ਦੇ ਉੱਤੇ ਵੀ ਆਪਣੀ ਇਨਫੋਰਸਮੈਂਟ ਕਰਦੀ ਹੈ ਠੀਕ ਹੈ ਜੀ ਨੈਕਸਟ ਕੋਲ ਸਾਡੇ ਰਾਜਵਿੰਦਰ ਜੀ ਨੇ ਹਾਂ ਜੀ ਰਾਜਵਿੰਦਰ ਜੀ ਤੁਸੀਂ ਆਉਂਦੇ ਰਹੋ ਹਾਂ ਜੀ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਪਾਜੀ ਮੇਰਾ ਕੁਸਚਨ ਇਹ ਸੀ ਕਿ ਜਦੋਂ ਮੇਰੇ ਮੰਮੀ ਆ ਰਹੇ ਨੇ ਲਾਈਕ ਉਹਨਾਂ ਕੋਲ ਸੁਪਰ ਵੀਜ਼ਾ ਹੈ ਵਿਜ਼ਿਟਰ ਆਉਂਦੇ ਨੇ ਜਿੱਦਾਂ ਹਨ ਤੇ ਉਹ ਆ ਕੇ ਚਲੇ ਜਾਂਦੇ ਨੇ ਜਿੰਨਾ ਉਹਨਾਂ ਦਾ ਟਾਈਮ ਹੁੰਦਾ ਹੈ ਉਹ ਆਪਣੀ ਟਿਕਟ ਦੇ ਵਿੱਚ ਵਿੱਚ ਜਿੰਨਾ ਉਹਨਾਂ ਦਾ ਟਾਈਮ ਉਹ ਚਲੇ ਜਾਂਦੇ ਨੇ ਹੁਣ ਮੈਂ ਲਾਈਕ ਕਈ ਲੋਕਾਂ ਕੋ ਸੁਣਿਆ ਸੀ ਕਿ ਜਿਹੜੇ ਆ ਕੇ ਲਾਈਕ ਉਹਨਾਂ ਨੂੰ 에어ਪੋਰਟ ਤੇ ਕਾਫੀ ਕੁਐਸਚਨ ਪੁੱਛਦੇ ਨੇ ਹਨਾ ਇਦਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਜਿਹੜੇ ਆਪਣੇ ਲਾਈਕ ਹੈਗੇ ਨੇ ਠੀਕ ਹੈ ਜੀ ਹਾਂਜੀ ਕੁਐਸਚਨ ਪੁੱਛਣਾ ਉਹ ਅਧਿਕਾਰ ਹੈ ਜੀ ਠੀਕ ਹੈ ਕਿਵੇਂ ਸਿਸਟਮ ਕੰਮ ਕਰਦਾ ਹੈ ਬਹੁਤ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜਾ ਵੀਜ਼ਾ ਹੈਗਾ ਵੀਜ਼ਾ ਦਾ ਡੈਫੀਨੇਸ਼ਨ ਹੈ ਉਹ ਹੈਗਾ ਇਟਸ ਐਨ ਇਨਵੀਟੇਸ਼ਨ ਟੂ ਦ ਪੋਰਟ ਆਫ ਐਂਟਰੀ ਉਹ ਸੱਦਾ ਹੈਗਾ ਇਹ ਇੱਕ ਦਸਤਾਵੇਜ਼ ਹੈ ਜਿਹੜਾ ਬੰਦੇ ਨੂੰ ਦਿੱਤਾ ਹੈ ਤੇ ਉਹ ਜਹਾਜ਼ ਕੰਪਨੀ ਨੂੰ ਦਿਖਾ ਕੇ ਸ਼ਿਪ ਕੰਪਨੀ ਨੂੰ ਦਿਖਾ ਕੇ ਤੇ ਕੈਨੇਡਾ ਦੇ ਦਰਵਾਜ਼ੇ ਤੱਕ ਆ ਸਕਦਾ ਹੈ ਸੋ ਸੁਪਰ ਵੀਜ਼ਾ ਮਿਲ ਗਿਆ ਉਹ ਇਜਾਜ਼ਤ ਹੈਗੀ ਹੈ ਦਿੱਲੀੋਂ ਹਵਾਈ ਜਹਾਜ਼ ਚੜ ਕੇ ਤੇ ਟੋਰਾਂਟੋ ਮੌਂਟਰੀਅਲ ਵੈਂਕੂਵਰ ਕਿਸੇ ਵੀ 에어ਪੋਰਟ ਤੇ ਉਤਰਨ ਦੀ ਇਜਾਜ਼ਤ ਹੈ ਜਦੋਂ ਆਪਾਂ ਜਹਾਜ਼ ਤੋਂ ਉਤਰਦੇ ਆਂ ਤਾਂ ਆਪਾਂ ਇੱਕ ਹੋਰ ਅਰਜ਼ੀ ਕਰਦੇ ਆਂ ਉਹ ਅਰਜ਼ੀ ਮੂਜ਼ਬਾਨੀ ਵੀ ਹੋ ਸਕਦੀ ਹੈ ਉਹ ਕੰਪਿਊਟਰ ਦੇ ਉੱਤੇ ਵੀ ਹੋ ਸਕਦੀ ਹੈ ਉਹ ਅਰਜ਼ੀ ਹੈਗੀ ਐਪਲੀਕੇਸ਼ਨ ਟੂ ਐਂਟਰ ਕੈਨੇਡਾ ਹੁਣ ਆਪਾਂ ਕੈਨੇਡਾ 'ਚ ਦਾਖਲਾ ਮੰਗ ਰਹੇ ਆਂ ਆਪਾਂ ਦਰਵਾਜ਼ੇ ਤੇ ਆ ਗਏ ਉਹ ਵੀਜ਼ਾ ਹੁਣ ਦਾਖਲਾ ਮੰਗ ਰਹੇ ਆਂ ਦਾਖਲਾ ਮੰਗਣ ਵੇਲੇ ਜਿਹੜਾ ਉੱਥੇ ਅਫਸਰ ਹੈ ਉਹ ਫੈਸਲਾ ਕਰ ਰਿਹਾ ਹੈ ਕਿ ਆਪਾਂ ਨੂੰ ਦਾਖਲਾ ਦੇਵੇ ਦਾਖਲਾ ਨਾ ਦੇਵੇ ਦਾਖਲਾ ਕਿੰਨੇ ਸਮੇਂ ਦਾ ਦੇਵੇ ਤੇ ਕਿਹੜੀਆਂ ਕੰਡੀਸ਼ਨਸ ਦੇ ਉੱਤੇ ਦੇਵੇ ਸੋ ਉਹਦਾ ਸਵਾਲ ਪੁੱਛਣਾ ਪੂਰਾ ਅਧਿਕਾਰ ਹੈਗਾ ਜੀ ਹੁਣ ਜੇ ਸੁਪਰਵਾਈਜ਼ਰ ਤੇ ਕੋਈ ਆਰ ਹੈ ਹਾਂਜੀ ਤਾਂ ਅਫਸਰ ਕੀ ਪੁੱਛੂਗਾ ਉਹ ਇਹ ਪੁੱਛੂਗਾ ਕੀ ਤੇਰੇ ਕੋਲ ਸਾਲ ਪਰ ਦੀ ਇੰਸ਼ੋਰੈਂਸ ਹੈਗੀ ਹੈ ਹਾਂਜੀ ਇੰਡੀਵਿਜੂਅਲ ਕਹੂਗਾ ਹਾਂਜੀ ਆ ਮੇਰੇ ਕੋਲ ਇੰਸ਼ੋਰੈਂਸ ਹੈ ਮੇਰੇ ਹੱਥ ਚ ਹੋਣੀ ਚਾਹੀਦੀ ਹੈ ਠੀਕ ਹੈ ਤੇ ਫਿਰ ਉਹਨੂੰ 5 ਸਾਲ ਰਹਿਣ ਦੀ ਇਜਾਜ਼ਤ ਦੇ ਦੂਗਾ ਜੋ ਪੁੱਛੂਗਾ ਤੇਰੇ ਕੋਲ ਇੰਸ਼ੋਰੈਂਸ ਹੈਗੀ ਹੈ ਤੇ ਇੰਡੀਵਿਜੂਅਲ ਕਹੂਗਾ ਨਹੀਂ ਜੀ ਮੇਰੇ ਤਾਂ ਬੈਗ ਚ ਪਈ ਹੈ ਮੇਰੇ ਕੋ ਹੈ ਨਹੀਂ ਫਿਰ ਉਹ 6 ਮਹੀਨੇ ਦੀ ਰਹਿਣ ਦੀ ਇਜਾਜ਼ਤ ਉਹਨੂੰ ਦਊਗਾ ਸੋ ਉਹਨੇ ਫੈਸਲਾ ਕਰਨਾ ਹੈ ਕਿ ਇਹ ਇੰਡੀਵਿਜੂਅਲ ਨੂੰ ਕਿੰਨਾ ਸਮਾਂ ਰਹਿਣ ਦਿੱਤਾ ਜਾਵੇ ਕਿਹੜੀਆਂ ਕੰਡੀਸ਼ਨਸ ਨਾਲ ਰਹਿਣ ਦਿੱਤਾ ਜਾਵੇ ਉਮਰ ਜਮੇ ਸਟੂਡੈਂਟ ਆ ਰਿਹਾ ਹੈ ਕੋਈ ਉਹਨੂੰ ਸਵਾਲ ਪੁੱਛੂਗਾ ਉਹ ਕਿਹੜੇ ਸਕੂਲ ਜਾਣਾ ਹੈ ਹਾਂਜੀ ਫੀਸ ਜਮ੍ਹਾਂ ਕਰਾਤੀ ਹੈ ਹਾਂਜੀ ਤੇਰੇ ਕੋ ਲੈਟਰ ਆਫ ਇੰਟਰੋਡਕਸ਼ਨ ਹੈਗਾ ਤੇਰਾ ਰਹਿਣ ਦਾ ਕੀ ਪ੍ਰਬੰਧ ਹੈ ਇਹ ਸਵਾਲ ਨੇ ਉਹ ਤੋਂ ਬਾਅਦ ਉਹਨਾਂ ਕੰਡੀਸ਼ਨਸ ਦੇ ਉੱਤੇ ਉਹ ਉਹ ਸਟੱਡੀ ਪਰਮਿਟ ਇਸ਼ੂ ਕਰੂਗਾ ਸ਼ਾਇਦ ਇਹਨਾਂ ਦਾ ਇੱਕ ਸਵਾਲ ਦਾ ਪੁੱਛਣ ਦਾ ਮਕਸਦ ਇਹ ਹੋਏਗਾ ਵੀ ਇਸ ਤਰ੍ਹਾਂ ਜਿਹੜੇ ਪੇਰੈਂਟਸ ਗ੍ਰੈਂਡਪੇਰੈਂਟਸ ਨੇ ਸੁਪਰ ਵੀਜ਼ੇ ਤੇ ਆਉਣਾ ਕੀ ਉਹਨਾਂ ਦੇ ਲਈ ਵੀ ਇਸ ਤਰੀਕੇ ਦਾ ਕੋਈ ਖਤਰਾ ਹੋ ਸਕਦਾ ਕਿ ਉਹਨਾਂ ਨੂੰ ਉੱਥੋਂ ਹੀ ਬਾਰਡਰ ਤੋਂ ਮੋੜਿਆ ਜਾ ਸਕਦਾ ਇਸ ਨਵੇਂ ਕਾਨੂੰਨ ਦੇ ਤਹਿਤ ਬਿਲਕੁਲ ਜੀ ਜੇ ਉਹ ਸਹੀ ਤਰ੍ਹਾਂ ਆਪਦੇ ਆਪ ਨੂੰ ਪ੍ਰੈਜ਼ੈਂਟ ਨਹੀਂ ਕਰਨਗੇ ਜਾਂ ਉਹਨਾਂ ਨੇ ਕੋਈ ਮਿਸ ਰਿਪਰੈਜ਼ੈਂਟੇਸ਼ਨ ਕੀਤੀ ਹੈ ਬਿਲਕੁਲ ਜੀ ਠੀਕ ਹੈ ਰਾਜਵਿੰਦਰ ਜੀ ਕੋਈ ਹੋਰ ਕਹਿਣਾ ਸੀ ਤੁਸੀਂ ਅੱਛਾ ਜੀ ਇਹ ਹੀ ਕੁਐਸਚਨ ਸੀ ਕਿ ਲਾਈਕ ਹਾਂਜੀ ਜੇ ਉਹਨਾਂ ਦੇ ਪ੍ਰੋਪਰ ਬਿਲਕੁਲ ਨਹੀਂ ਜੀ ਜੇ ਕੋਈ ਤੁਸੀਂ ਕੋਈ ਕੰਡੀਸ਼ਨਸ ਬ੍ਰੀਚ ਨਹੀਂ ਕਰੀਆ ਬਿਲਕੁਲ ਕੋਈ ਪ੍ਰੋਬਲਮ ਨਹੀਂ ਆਊਗੀ ਜੀ ਹਾਂਜੀ ਠੀਕ ਹੈ ਜੀ ਬੜੀ ਮਿਹਰਬਾਨੀ ਜੀ ਥੈਂਕ ਯੂ ਦੇਖੋ ਕੋਈ ਜੰਗਲ ਰਾਜ ਨਹੀਂ ਪੈਦਾ ਹੋ ਜਾਣਾ ਇਹਦੇ ਨਾਲ ਐਬਸੋਲੂਟਲੀ ਨਾ ਇਹ ਨਾ ਕਹੀਏ ਵੇ ਜਿਹਨੂੰ ਮਰਜ਼ੀ ਉੱਥੇ ਉਹਨਾਂ ਨੇ ਟੰਗ ਦੇਣਾ ਐਦਾਂ ਨਹੀਂ ਹੁੰਦਾ ਹਰਜੰਦਰ ਕਾਨੂੰਨ ਹੈ ਜਿਹੜਾ the law takes its own course so ਉਹਨੂੰ ਜਿਹੜੇ ਅਧਿਕਾਰ ਦਿੱਤੇ ਨੇ ਉਹ ਸਰਟਨ ਕੰਡੀਸ਼ਨਸ ਦੇ ਅਧਿਕਾਰ ਦਿੱਤੇ ਨੇ ਉਹਦੇ ਮੂਹ ਚ ਕਾਨੂੰਨ ਨਹੀਂ ਨਾ ਭਾਏ ਤੂੰ ਕਿਸੇ ਦਾ ਵੀ ਕੈਨਸਲ ਕਰ ਦੇ ਹਾਂਜੀ ਉਹਨੇ ਵੀ ਫੈਸਲਾ ਲਿਖਣ ਲੱਗੇ ਇਹ ਦੱਸਣਾ ਕਿਉਂ ਕੈਨਸਲ ਕਰ ਰਹੇ ਹੈ ਠੀਕ ਹੈ ਇਹ ਨਹੀਂ ਨਾ ਕਿ ਮੈਨੂੰ ਬੰਦਾ ਪਸੰਦ ਨਹੀਂ ਮੈਂ ਕੈਨਸਲ ਕਰਦਾ ਇਹ ਤਾਂ ਹੋ ਨਹੀਂ ਸਕਦਾ ਅਨਵੀਜ਼ੀਬਲ ਗਰਾਉਂਡਸ ਦੇ ਉੱਪਰ ਜੇਕਰ ਹੋਏਗਾ ਕੱਲ ਨੂੰ ਉਹਨਾਂ ਦੇ ਉੱਤੇ ਸਰਕਮਸਟੈਂਸਸ ਭੁਗਤਨੇ ਪੈਣਗੇ ਬਿਲਕੁਲ ਜੀ ਕਿਉਂਕਿ ਉਹ ਰਿਵਿਊ ਹੈ ਪਹਿਲਾ ਉਹ ਜੋ ਕੋਰਟ ਚ ਤੁਸੀਂ ਉਹਦੇ ਖਿਲਾਫ ਅਰਜ਼ੀ ਕਰਦੇ ਹੋ ਉਹਨੂੰ ਦੱਸਣਾ ਕਿ ਉਹਨੇ ਕਿਉਂ ਕਰਿਆ ਰਾਈਟ ਸੋ ਇੱਕ ਵਾਰੀ ਫੇਰ ਦੋਸਤੋ ਰਿਪੀਟ ਕਰ ਦਿੰਨੇ ਕਿ 15 ਜੁਲਾਈ ਤੋਂ ਪਹਿਲਾਂ ਪਹਿਲਾਂ ਲੋਕਾਂ ਦੀ ਪਬਲਿਕ ਦੀ ਇੱਕ ਕੌਮੈਂਟ ਕਰਨ ਦੇ ਲਈ ਇੱਕ ਆਪਸ਼ਨ ਹੋਣੀ ਹੈ ਇੱਕ ਨਵਾਂ ਕਾਨੂੰਨ ਜਿਹੜਾ ਉਹ ਬਣਨ ਜਾ ਰਿਹਾ ਕੈਨੇਡਾ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਨੇ ਕਿਸੇ ਨਾ ਕਿਸੇ ਸਮੇਂ ਦੇ ਅੱਜ ਵੀ ਕਰਦੇ ਹੋਣਗੇ ਅੱਜ ਵੀ ਕਹਿ ਰਹੇ ਹੋਣਗੇ ਕਿ ਬਹੁਤ ਚੰਗਾ ਫੈਸਲਾ ਕਰਨ ਜਾ ਰਹੀ ਹੈ ਕੈਨੇਡਾ ਸਰਕਾਰ ਕਿ ਜਿਹੜੇ ਲੋਕ ਇੱਥੇ ਕੈਨੇਡਾ 'ਚ ਕੋਈ ਕਿਸੇ ਤਰ੍ਹਾਂ ਦਾ ਅਪਰਾਧ ਕਰਦੇ ਆ ਕੋਈ ਕ੍ਰਾਈਮਨਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਨੇ ਕੋਈ ਫਰਾਡ ਕਰਦੇ ਨੇ ਕੋਈ ਕਿਸੇ ਤਰ੍ਹਾਂ ਦੀਆਂ ਧੋਖੇਧੜੀਆਂ ਕਰਦੇ ਨੇ ਜਾਂ ਕਿਸੇ ਵੀ ਮੌਕੇ ਦੇ ਉੱਪਰ ਇਸ ਤਰ੍ਹਾਂ ਕੋਈ ਮਿਸ ਰਿਪਰੈਜ਼ੈਂਟੇਸ਼ਨ ਕਰਦੇ ਹੋਏ ਪਾਏ ਜਾਂਦੇ ਨੇ ਜਾਂ ਜਿਹੜੇ ਟੈਂਪਰੇਰੀ ਬੇਸਿਸ ਦੇ ਉੱਪਰ ਕੈਨੇਡਾ ਜਾਏ ਹੋਏ ਨੇ ਪੀਆਰਜ਼ ਦੇ ਲਈ ਜਾਂ ਸਿਟੀਜ਼ਨਜ਼ ਦੇ ਲਈ ਨਹੀਂ ਜਿਹੜੇ ਟੈਂਪਰੇਰੀ ਬੇਸਿਸ ਦੇ ਉੱਤੇ ਗੁਰਪ੍ਰੀਤ ਜੀ ਮੈਂ ਜਹਾਗਾ ਥੋੜਾ ਜਿਹਾ ਤੁਸੀਂ ਆਪਣੀ ਜ਼ ਇਹ ਕਾਨੂੰਨ ਕੀ ਹੈ ਇਹਦੇ ਵਿੱਚ ਕੀ ਸਰਕਮਸਟਾਂਸਸ ਹੋਣਗੇ ਕੀ ਹੋਣ ਜਾ ਰਿਹਾ ਤੇ ਪਬਲਿਕ ਨੇ ਕੀ ਕਰਨਾ ਜੇਕਰ ਉਹਨਾਂ ਨੇ ਆਪਣੇ ਕੋਈ ਕਮੈਂਟ ਦੇਣੇ ਤਾਂ ਬਿਲਕੁਲ ਜੀ ਸੋ ਪਬਲਿਕ ਨੇ ਤਾਂ ਕਮੈਂਟ ਦੇਣੇ ਨੇ ਤਾਂ ਕੈਨੇਡਾ ਗੈਜ਼ਟ ਤੇ ਜਾਣ ਤੇ ਕੈਨੇਡਾ ਗੈਜ਼ਟ ਤੇ ਜਾ ਕੇ 15 ਜੂਨ ਵਾਲਾ ਗੈਜ਼ਟ ਨੂੰ ਖੋਲਣ ਤੇ ਉਸ ਤੋਂ ਬਾਅਦ ਸਕਰੋਲ ਕਰਨ ਇਮੀਗ੍ਰੇਸ਼ਨ ਐਂਡ ਰੈਫਿਜੀ ਪ੍ਰੋਟੈਕਸ਼ਨ ਰੈਗੂਲੇਸ਼ਨਸ ਜਿਹੜੀ ਤਬਦੀਲੀ ਆ ਉਹਨੂੰ ਖੋਲਣ ਤੇ ਉਸ ਤੋਂ ਬਾਅਦ ਹਰੇਕ ਸੈਕਸ਼ਨ ਦੇ ਅੰਦਰ ਤੁਹਾਨੂੰ ਆਪਣੇ ਕਮੈਂਟ ਦੇਣ ਦਾ ਆਬਜੈਕਟਿਵ ਉਹ ਸਾਰਾ ਕੁਝ ਦੇਣ ਦਾ ਅਧਿਕਾਰ ਹੈਗਾ ਉੱਥੇ ਤੁਸੀਂ ਆਪਣੇ ਕਮੈਂਟਸ ਦੇ ਸਕਦੇ ਹੋ ਠੀਕ ਹੈ ਇਹ ਤੋਂ ਬਾਅਦ ਜਿਹੜਾ ਕਾਨੂੰਨ 'ਚ ਤਬਦੀਲੀ ਹੈ ਉਹ ਤਬਦੀਲੀ ਕੀ ਹੈ ਉਹ ਤਬਦੀਲੀ ਹੈ ਕਿ ਹੁਣ ਤੋਂ ਪਹਿਲਾਂ ਕੋਈ क्लियर अथॉरिटी ਨਹੀਂ ਸੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫਸਰ ਕੋਲ ਜਾਂ ਇੱਕ ਇਮੀਗ੍ਰੇਸ਼ਨ ਅਫਸਰ ਕੋਲ ਕਿ ਕਿਸੇ ਟੈਂਪਰਰੀ ਰੈਜ਼ੀਡੈਂਟ ਦਾ ਵੀਜ਼ਾ ਕੈਨਸਲ ਕਰ ਸਕੇ ਸੋ ਉਹਦੇ ਨਾਲ ਕਨਫਲਿਕਟ ਹੁੰਦਾ ਸੀ ਕਿਉਂਕਿ ਪ੍ਰੋਸੀਜਰਲ ਮੈਟਰ ਦੇ ਵਿੱਚ ਦੀ ਲੰਘਣਾ ਪੈਂਦਾ ਸੀ ਹੁਣ ਇਹ ਅਥਾਰਟੀ ਸਿੱਧੇ ਤੌਰ ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫਸਰ ਨੂੰ ਤੇ ਇਮੀਗ੍ਰੇਸ਼ਨ ਅਫਸਰ ਨੂੰ ਦਿੱਤੀ ਜਾ ਰਹੀ ਹੈ ਕਿ ਕੋਈ ਟੈਂਪਰਰੀ ਪਾਸ ਪਰਮਿਟ ਹੋਲਡਰ ਜੀ ਸਟੂਡੈਂਟ ਵੀਜ਼ਾ ਹੋਲਡਰ ਵਿਜ਼ਿਟ ਵੀਜ਼ਾ ਹੋਲਡਰ ਜਾਂ ਵਰਕ ਪਰਮਿਟ ਹੋਲਡਰ ਹੈ ਜੇ ਉਹ ਕਿਸੇ ਵੀ ਆਪਣੀ ਕੰਡੀਸ਼ਨ ਨੂੰ ਬਰੀਚ ਕਰਦਾ ਹੈਗਾ ਜਾਂ ਉਹ ਟਰਮਸ ਐਂਡ ਕੰਡੀਸ਼ਨਸ ਜਿਹੜੀਆਂ ਕਰਕੇ ਉਹਨੂੰ ਇੱਥੇ ਆਉਣ ਦੀ ਇਜਾਜ਼ਤ ਦੀ ਉਹਨਾਂ ਨੂੰ ਬਰੀਚ ਕਰਦਾ ਤਾਂ ਉਹਦਾ ਵੀਜ਼ਾ ਕੈਨਸਲ ਕਰਨ ਦੇ ਅਧਿਕਾਰ ਨੇ ਉਹ ਦਿੱਤੇ ਜਾ ਰਹੇ ਨੇ ਜੀ ਠੀਕ ਹੈ ਸੋ ਦੋਸਤੋ ਅਗਰ ਕੋਈ ਹੈਲਪ ਚਾਹੀਦੀ ਹੈ ਕੋਈ ਮਦਦ ਚਾਹੀਦੀ ਹੈ ਕੋਈ ਜਿਆਦਾ ਹੋਰ ਇਨਫੋਰਮੇਸ਼ਨ ਚਾਹੁੰਦੇ ਹੋ ਤਾਂ ਸੀਡਬਲਯੂਸੀ ਇਮੀਗ੍ਰੇਸ਼ਨ ਗੁਰਪ੍ਰੀਤ ਖੈਰਾ ਹੋਰੀ ਤੁਹਾਡੀ ਮਦਦ ਕਰ ਸਕਦੇ ਨੇ ਨੰਬਰ ਹੈ 6474006862 ਤੇ ਤੁਸੀਂ CWC ਇਮੀਗ੍ਰੇਸ਼ਨ ਦੇ ਗੁਰਪ੍ਰੀਤ ਘਰਾਂ ਨਾਲ ਗੱਲ ਕਰਕੇ ਇਸ ਕਾਨੂੰਨ ਜਿਹੜਾ ਬਣਨ ਜਾ ਰਿਹਾ ਕਾਨੂੰਨ ਉਹਦੇ ਬਾਰੇ ਇਹ ਇਸ ਤੋਂ ਇਲਾਵਾ ਕੋਈ ਵੀ ਹੋਰ ਇਮੀਗ੍ਰੇਸ਼ਨ ਅਸਬੰਧਤ ਗੱਲਬਾਤ ਕਰਨੀ ਹੋਵੇ ਤਾਂ ਗੱਲ ਕੀਤੀ ਜਾ ਸਕਦੀ ਹੈ ਹਰਜਿੰਦਰ ਜੀ ਮੈਂ ਨੰਬਰ ਤੋਂ ਅਰਦਾਸਦਾ 90567044 ਮੈਂ ਕੁਝ ਗਲਤ ਬੋਲ ਗਿਆ ਹਾਂ ਹਾਂਜੀ 90567044 ਮੈਂ ਬੋਲ ਰਿਹਾ ਨਾ 90567044 ਮੈਂ ਸਟੂਡੀਓ ਦਾ ਨੰਬਰ ਤਾਂ ਨਹੀਂ ਬੋਲਦਾ ਅੱਛਾ ਸੌਰੀ 905670444 ਕਿਤੇ ਇਦਾਂ ਹੋਵੇ ਇੱਥੇ ਕੋਈ ਪ੍ਰੋਗਰਾਮ ਹੋਰ ਚੱਲਦਾ ਦੋ ਕਹਿੰਦੇ ਜੀ ਖੈਰਾ ਸਾਹਿਬ ਨਾਲ ਗੱਲ ਕਰਾਓ ਸੋ ਮਾਫੀ ਚਾਹੁੰਦੇ ਜੀ 905670444 905670444 ਦੇ ਉੱਤੇ ਗੁਰਪ੍ਰੀਤ ਖੈਰਾ ਹੋਰਾਂ ਨੂੰ ਸੀਡਬਲਿਊਸੀ ਇਮੀਗ੍ਰੇਸ਼ਨ ਤੇ ਕਾਲ ਕਰਨੀ ਹੈ ਤੇ ਸਾਡੇ ਨਾਲ ਜੇ ਪ੍ਰੋਗਰਾਮ ਦੇ ਦੌਰਾਨ ਗੱਲ ਕਰਨੀ ਹੋਵੇ ਤਾਂ 905670444 2 ਵਜੇ ਤੋਂ ਲੈ ਕੇ ਮਾਫ ਕਰਨਾ 905601 1350 ਇਹ ਸਾਡਾ ਹੁੰਦਾ ਹੈ 2 ਵਜੇ ਤੋਂ ਲੈ ਕੇ 5 ਵਜੇ ਦਾ ਟਾਈਮ ਆ ਬਾਕੀ ਜਿਹੜੇ ਟਾਈਮ ਨੇ ਅਲੱਗ-ਅਲੱਗ ਸਮੇਂ ਦੇ ਉੱਤੇ ਇੱਕ ਦੋ ਸਟੂਡੀਓਜ਼ ਦੇ ਵਿੱਚ ਡਿਫਰੈਂਟ ਨੰਬਰਸ ਹੁੰਦੇ ਨੇ ਬਾਕੀ ਸਾਰਾ ਦਿਨ 24 ਘੰਟੇ 7 ਦਿਨ ਸਾਡੇ 1350 ਦੇ ਨੰਬਰ ਇਹੀ ਰਹਿੰਦੇ ਨੇ 905 601 1350 ਸੋ ਗੁਰਪ੍ਰੀਧਰ ਦਾ ਨੰਬਰ 9056704440 CWC ਇਮੀਗ੍ਰੇਸ਼ਨ ਗੁਰਪ੍ਰੀ ਆਪਣੀ ਵੈਬਸਾਈਟ ਵੀ ਦੱਸ ਦਿਓ ਇੱਕ ਵਾਰੀ ਤਾਂ ਕਿ ਉੱਥੋਂ ਵੀ ਆਸਾਨੀ ਦੇ ਨਾਲ ਨੰਬਰ ਲੈ ਜਾ ਸਕਦੇ ਹਾਂ ਬਿਲਕੁਲ ਜੀ cwc.ca ਕੈਨੇਡਾ.com ਤੇ ਜਾ ਸਕਦੇ ਹੋ ਤੁਸੀਂ ਤੇ ਬਾਕੀ ਜੇ ਤੁਸੀਂ ਗੂਗਲ ਸਰਚ ਕਰ ਲਓਗੇ ਤਾਂ ਵੀ ਨੰਬਰ ਆ ਜਾਵੇਗਾ cwc ਦੀ ਵੈਬਸਾਈਟ ਤੇ ਜਾਂ ਇਹਨਾਂ ਦੇ ਆਫਿਸ ਦੇ ਵਿੱਚ ਕਾਲ ਕਰਕੇ ਡਿਟੇਲਸ ਲਈ ਜਾ ਸਕਦੇ ਨੇ ਇਵਨ ਪੰਜਾਬ ਦੇ ਵਿੱਚ ਵੀ ਜਿਹੜਾ ਤੁਹਾਡਾ ਆਫਿਸ ਹੈ ਉੱਥੇ ਵੀ ਕੰਟੈਕਟ ਕੀਤਾ ਜਾ ਸਕਦਾ ਬਿਲਕੁਲ ਜੀ ਵੈਰੀ ਗੁੱਡ ਸੋ ਬਾਕੀ ਵੀ ਅਲੱਗ-ਅਲੱਗ ਜਿਹੜੀਆਂ ਲੋਕੇਸ਼ਨਸ ਨੇ ਉਹਨਾਂ ਦੇ ਵੇਰਵੇ ਤੁਹਾਨੂੰ ਇਹਨਾਂ ਦੀ ਵੈਬਸਾਈਟ ਤੋਂ ਆਸ CWC ਇਮੀਗ੍ਰੇਸ਼ਨ 905670444 ਸਰ ਬਹੁਤ ਮਿਹਰਬਾਨੀ ਹੈ ਜੀ ਧੰਨਵਾਦ ਜੀ ਧੰਨਵਾਦ ਜੀ ਥੈਂਕ ਯੂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਜੀ ਮੀਡੀਆ ਗਰੁੱਪ